ਖਾਸ ਪ੍ਰਾਹੁਣਾ, ਇੱਕ ਖਾਸ ਮਹਿਮਾਨ ਲਾਹੌਰ ਤੋਂ ਤੌਂਸਾ ਸ਼ਰੀਫ ਦੇ ਅੰਦਰ ਪਹੁੰਚਾ ਹੈ, ਔਰ ਤੌਂਸਾ ਸ਼ਰੀਫ ਨਾ ਸਿਰਫ ਪਹੁੰਚਾ ਹੈ ਬਲਕਿ ਇਸ ਤੋਂ ਅੱਗੇ ਅਸੀਂ 25 ਕਿਲੋਮੀਟਰ 20 ਕਿਲੋਮੀਟਰ ਅੱਗੇ ਖੜ੍ਹੇ ਹਾਂ। ਇਸ ਨੌਜਵਾਨ ਦੀ ਉਮਰ ਕੁ 16-17 ਸਾਲ ਹੈ ਔਰ ਇਹ ਓ ਲੈਵਲ ਕਰ ਰਿਹਾ ਹੈ। ਲਾਹੌਰ ਦੇ ਜਿਹੜੇ ਬਹੁਤ ਅੱਛੇ ਕਾਲਜਿਸ ਹਨ, ਸਕੂਲਸ ਹਨ, ਉਹਨਾਂ ਦੇ ਵਿੱਚ ਇਹਨਾਂ ਦੀ ਸਟੱਡੀ ਹੋਈ ਹੈ। ਲੇਕਿਨ ਮੈਂ ਹੈਰਾਨ ਹਾਂ ਕਿ ਇਹਨਾਂ ਪਿੰਡਾਂ ਥਾਵਾਂ ਦੇ ਵਿੱਚ ਇਤਨੀ ਸਖਤ ਗਰਮੀ ਦੇ ਵਿੱਚ ਅੱਜ ਇਹ ਸਾਡੀ ਟੀਮ ਦੇ ਨਾਲ ਖੜ੍ਹੇ ਹਨ ਔਰ ਮੁਖਤਲਿਫ ਜਿਹੜੀ ਇੱਥੇ ਸੇਵਾ ਲੋਕਾਂ ਦੀ ਹੈ ਉਹ ਨਿਭਾ ਰਹੇ ਹਨ। ਮੁਸਤਫਾ, ਕਿੱਥੇ ਰਹਿੰਦੇ ਹੋ ਅਤੇ ਕੀ ਕਰਨ ਇੱਥੇ ਆਏ ਹੋ? ਮੈਂ ਲਾਹੌਰ 'ਚ ਰਹਿੰਦਾ ਅਤੇ ਨਿਊਜ਼ 'ਚ ਮੈਂ ਵੇਖਿਆ ਕਿ ਇੱਥੇ ਸਲਾਬ ਨੇ ਬੜਾ ਇੱਥੇ ਅਜ਼ਾਬ ਫੈਲਾਇਆ ਦਾ ਅਤੇ ਬੜੇ ਲੋਕ ਤੰਗ ਨੇ ਅਤੇ ਬੜੇ ਲੋਕ ਸਫ਼ਰ ਵੀ ਕਰ ਰਹੇ ਨੇ ਅਤੇ ਫਿਰ ਮੈਂ ਕਿਹਾ ਕਿ ਜੋ ਵੀ ਮੈਂ ਕਰ ਸਕਣਾ ਇਹਨਾਂ ਨੂੰ ਇਹਨਾਂ ਦੀ ਮਦਦ ਕਰਨ ਵਾਸਤੇ ਅਤੇ ਫਿਰ ਉਹ ਮੈਂ ਜ਼ਰੂਰ ਕਰਾਂ ਅਤੇ ਫਿਰ ਮੈਂ ਇੱਥੇ ਆਇਆ ਅਤੇ ਮੈਨੂੰ ਬੜੀ ਖੁਸ਼ੀ ਹੋ ਰਹੀ ਹੈ ਇਹਨਾਂ ਲੋਕਾਂ ਨੂੰ ਰਾਸ਼ਨ ਅਤੇ ਪਾਣੀ ਵੱਟ ਕੇ ਅਤੇ ਬਸ ਮੈਂ ਲੋਕਾਂ ਦੀ ਹੈਲਪ ਕਰਨ ਆਇਆ। ਕੁਛ ਲੰਗਰ ਦਾ ਇੰਤਜ਼ਾਮ ਵੀ ਤੁਸੀਂ ਕੀਤਾ ਹੈ? ਹਾਂਜੀ, ਆਪਾਂ ਇੱਥੇ ਪਾਣੀ ਦੀਆਂ ਬੋਤਲਾਂ ਵੀ ਕਾਫੀ ਮੰਗਵਾਈਆਂ ਨੇ ਅਤੇ ਨਾਲ 3 ਆਪਾਂ ਬਿਰਿਆਨੀ ਦੀਆਂ ਦੇਗ ਮੰਗਵਾਈਆਂ ਨੇ ਅਤੇ ਉਹ ਆਪਾਂ ਫਿਰ ਬਾਹਰ ਜਾ ਕੇ ਨਾ ਉਹ ਵੀ ਵੰਡਣ ਲੱਗੇ ਨੇ। ਅਤੇ ਕਿਉਂ ਇਹ ਕਰ ਰਹੇ ਹੋ ਸਾਰਾ? ਬਸ ਹੁਣ ਜਿੰਨਾ ਹਰ ਬੰਦਾ ਕਰ ਸਕਦਾ ਉਹਨੂੰ ਕਰਨਾ ਚਾਹੀਦਾ, ਜਿੰਨਾ ਵੀ ਕੁਛ ਕਰ ਸਕਦਾ ਉਹ ਕਰਨ ਨੂੰ ਕਰਨਾ ਚਾਹੀਦਾ। ਅਤੇ ਮੈਂ ਇੱਥੇ ਆਇਆ, ਟਾਈਮ ਕੱਢਿਆ ਮੈਂ ਅਤੇ ਫਿਰ ਇਹਨਾਂ ਲੋਕਾਂ ਦੇ ਮੈਂ ਵੀ ਹੈਲਪ ਕੀਤੀ ਹੈ ਅਤੇ ਮੈਂ ਵੀ ਹਰ ਬੰਦੇ ਨੂੰ ਇਹੀ ਕਹਿੰਦਾ ਕਿ ਜਿੰਨਾ ਤੁਸੀਂ ਕਰ ਸਕਦੇ ਹੋ ਤੁਸੀਂ ਜ਼ਰੂਰ ਕਰੋ, ਕਿਉਂਕਿ ਇਹ ਲੋਕ ਬਹੁਤ ਤੰਗੀ 'ਚ ਹੈਗੇ ਨੇ, ਸਲਾਬ ਨੇ ਇਹਨਾਂ ਦਾ ਬਹੁਤ ਨੁਕਸਾਨ ਪਹੁੰਚਾਇਆ ਇਹਨਾਂ ਨੂੰ, ਅਤੇ ਫਿਰ ਜਿੰਨਾ ਤੁਸੀਂ ਕਰ ਸਕਦੇ ਤੁਸੀਂ ਜ਼ਰੂਰ ਇਹਨਾਂ ਦੀ ਆ ਕੇ ਮਦਦ ਕਰੋ। ਤੁਸੀਂ ਡੋਨੇਸ਼ਨ ਦੇ ਥਰੂ ਕਰ ਲਓ ਜਾਂ ਤੁਸੀਂ ਇੱਥੇ ਖੁਦ ਆ ਕੇ ਕਰ ਲਓ, ਬਸ ਜੋ ਤੁਸੀਂ ਕਰ ਸਕਦੇ ਹੋ, ਜੋ ਤੁਸੀਂ ਤੁਹਾਡੀ ਪਾਵਰ 'ਚ ਹੈਗਾ ਤੁਸੀਂ ਕਰੋ। ਲਾਹੌਰ ਦੀ ਐਲੀਟ ਕਲਾਸ ਜਿਹੜੀ ਮੰਮੀ ਡੈਡੀ ਕਲਾਸ ਹੈ, ਜ਼ਹਿਰੀ ਗੱਲ ਹੈ ਤੁਸੀਂ ਉਸ ਕਲਾਸ ਦੇ ਲੋਕਾਂ ਦੇ ਨਾਲ ਹੀ ਤੁਹਾਡੀ ਸਾਰੀ ਸਟੱਡੀ ਹੈ। ਹਾਂਜੀ, ਉਹ ਇਸ ਤਰ੍ਹਾਂ ਨਹੀਂ ਨਿਕਲਦੇ ਜਿਤਨੇ ਪਸੀਨੋ ਪਸੀਨੇ ਤੁਸੀਂ ਹੋਏ, ਜਿਤਨੀ ਗਰਮੀ ਦੇ ਵਿੱਚ ਤੁਸੀਂ ਆਏ ਹੋਏ। ਇੱਕ ਤਾਂ ਅਸੀਂ ਤੁਹਾਡਾ ਸ਼ੁਕਰੀਆ ਅਦਾ ਕਰਦੇ ਹਾਂ, ਦੂਸਰੇ ਨੰਬਰ 'ਤੇ ਜਿਹੜੀ ਉਹ ਕਲਾਸ ਹੈ ਸਾਡੀ ਐਲੀਟ ਕਲਾਸ ਹੈ, ਲਾਹੌਰ ਦੀ ਹੈ, ਇਸਲਾਮਾਬਾਦ ਦੀ ਹੈ, ਬਾਕੀ ਸ਼ਹਿਰਾਂ ਦੀ ਹੈ, ਉਹਨਾਂ ਨੂੰ ਕੀ ਮੈਸੇਜ ਦਿੰਦੇ ਹੋ ਕਿ ਇਹਨਾਂ ਲੋਕਾਂ ਨੂੰ ਕਿਸ ਚੀਜ਼ ਦੀ ਲੋੜ ਹੈ? ਮੈਂ ਇਹ ਮੈਸੇਜ ਦੇਣਾ ਉਸ ਸਾਰੀ ਕਲਾਸ ਨੂੰ ਕਿ ਤੁਸੀਂ ਵੀ ਜ਼ਰਾ ਨਿਕਲੋ ਆਪਣੇ ਘਰਾਂ 'ਚੋਂ ਬਾਹਰ ਅਤੇ ਵੇਖੋ ਦੁਨੀਆ 'ਚ ਹੋ ਕੀ ਰਿਹਾ, ਕਿਉਂਕਿ ਕਾਰ 'ਚ ਬਹਿ ਕੇ ਆਪਣੀ ਐਲੀਟ ਕਲਾਸ 'ਚ ਬਹਿ ਕੇ ਇਹਨਾਂ ਨੂੰ ਇਹ ਨਹੀਂ ਪਤਾ ਕਿ ਇੱਥੇ ਕੀ ਹੋ ਰਿਹਾ ਪਿੰਡਾਂ ਥਾਵਾਂ ਦੇ ਵਿੱਚ ਅਤੇ ਗੁਰਬਤ 'ਚ ਕਿੰਝ ਲੋਕ ਗੁਜ਼ਾਰ ਰਹੇ ਨੇ ਟਾਈਮ ਆਦਾ, ਅਤੇ ਤੁਸੀਂ ਇਹਨੂੰ ਐਕਸਪਲੋਰ ਕਰੋ ਅਤੇ ਮੀਡੀਆ ਵੇਖੋ ਅਤੇ ਤੁਸੀਂ ਵੇਖੋ ਕਿ ਕਿਸ ਤਰ੍ਹਾਂ ਲੋਕ ਗੁਜ਼ਾਰਾ ਕਰ ਰਹੇ ਨੇ ਅਤੇ ਤੁਸੀਂ ਤੁਹਾਡੇ ਕੋਲ ਜਿੰਨੀ ਪਾਵਰ ਹੈਗੀ ਤੁਸੀਂ ਉਹਨਾਂ ਦੀ ਮਦਦ ਕਰਨ ਜ਼ਰੂਰ ਆਓ, ਕਿਉਂਕਿ ਤੁਹਾਡਾ ਹਕੂਕੀ ਤੌਰ 'ਤੇ ਤੁਹਾਡਾ ਫਰਜ਼ ਹੈ ਅਤੇ ਇਨਸਾਨੀਅਤ ਦੇ ਤੌਰ 'ਤੇ ਵੀ ਤੁਹਾਡਾ ਫਰਜ਼ ਹੈ ਕਿ ਤੁਸੀਂ ਇਹਨਾਂ ਦੀ ਹੈਲਪ ਕਰੋ ਅਤੇ ਤੁਸੀਂ ਜਿੰਨਾ ਕੁਛ ਕਰ ਸਕਦੇ ਹੋ, ਜਿੰਨਾ ਅੱਲਾਹ ਨੇ ਤੁਹਾਨੂੰ ਨਵਾਜ਼ਿਆ ਤੁਸੀਂ ਅੱਗੇ ਉਹ ਦਿਓ। ਬਹੁਤ ਸੋਹਣੀ ਗੱਲ, ਮੁਸਤਫਾ ਦਾ ਕਹਿਣਾ ਹੈ, 16-17 ਸਾਲਾਂ ਦਾ ਇੱਕ ਨੌਜਵਾਨ, ਔਰ ਮੈਂ ਦੇਖ ਕੇ ਹੈਰਾਨ ਹਾਂ, ਮੈਨੂੰ ਖੁਸ਼ੀ ਵੀ ਹੋ ਰਹੀ ਹੈ ਕਿ ਜਦੋਂ ਮੁਸੀਬਤ ਦੇ ਟਾਈਮ ਤੁਹਾਡੇ ਭੈਣ ਭਾਈ ਹੈ ਅਤੇ ਤੁਸੀਂ ਫਿਰ ਘਰਾਂ ਦੇ ਵਿੱਚ ਨਹੀਂ ਬਹਿਣਾ, ਤੁਸੀਂ ਉਹਨਾਂ ਲਈ ਕੀ ਹੋ ਸਕਦਾ ਹੈ ਤੁਸੀਂ ਕਰਨਾ ਹੈ? ਮੁਸਤਫਾ 500 ਕਿਲੋਮੀਟਰ ਕਰਕੇ, 550 ਕਿਲੋਮੀਟਰ ਕਰਕੇ ਅੱਜ ਇਸ ਏਰੀਏ 'ਚ ਪਹੁੰਚਾ ਹੈ, ਯਕੀਨਨ ਇੱਕ ਮਿਸਾਲ ਬਣੇਗਾ ਉਹਨਾਂ ਲੋਕਾਂ ਵਾਸਤੇ ਜਿਹੜੇ ਇਸ ਮੁਸੀਬਤ ਦੀ ਘੜੀ ਦੇ ਵਿੱਚ ਵੀ ਆਪਣੇ ਘਰਾਂ ਦੇ ਵਿੱਚ ਬੈਠੇ ਹਨ ਔਰ ਆਪਣੇ ਬੈਂਕ ਬੈਲੈਂਸ ਜਿਹੜੇ ਹਨ ਉਹਨਾਂ ਨੂੰ ਨਹੀਂ ਹਿਲਾ ਰਹੇ। ਅਸੀਂ ਜਾਣਦੇ ਹਾਂ ਕਿ ਸਾਡੀ ਐਲੀਟ ਕਲਾਸ ਜਿਹੜੀ ਹੈ ਉਹਨਾਂ ਕੋਲ ਇਤਨਾ ਕੁਛ ਹੈ ਕਿ ਅਗਰ ਉਹ ਕਰਨ 'ਤੇ ਆਉਣ ਤਾਂ ਇਹ ਗਰੀਬ ਗੁਰਬਾ ਸਾਡੇ ਇੱਥੇ ਕੋਈ ਨਾ ਰਹੇ, ਸਾਰੇ ਜਿਹੜੇ ਹਨ ਇੱਥੇ ਰੱਜ ਕੇ ਖਾਣ, ਆਪਣੇ ਸੁੱਖੀ ਵੱਸਣ, ਔਰ ਇਹੀ ਸਾਡੀ ਆਸ ਹੈ, ਇਹੀ ਸਾਡੇ ਕੈਂਪ ਲਾਉਣ ਦਾ ਮਕਸਦ ਹੈ ਕਿ ਲੋਕਾਂ ਦੇ ਵਿੱਚ ਅਵੇਅਰਨੈਸ ਫੈਲਾਈ ਜਾਵੇ ਕਿ ਕੰਮ ਕਿਵੇਂ ਹੋ ਸਕਦਾ ਹੈ। ਸੋ ਪੰਜਾਬੀ ਪ੍ਰਚਾਰ ਦੇ ਨਾਲ ਜੁੜੇ ਰਹਿਣਾ, ਇਸ ਤਰ੍ਹਾਂ ਦੀ ਹੋਰ ਵੀਡੀਓਜ਼ ਵੀ ਤੁਹਾਡੇ ਨਾਲ ਸਾਂਝੀਆਂ ਕਰਦੇ ਰਹਾਂਗੇ, ਜਿਨ੍ਹਾਂ ਦੇ ਵਿੱਚ ਨਾ ਇਨਸਾਨੀਅਤ ਦੀ ਗੱਲ ਹੋਏਗੀ ਨਾ ਸਿਰਫ, ਬਲਕਿ ਅਸੀਂ ਰਲ ਕੇ ਕਿਵੇਂ ਖਾਣਾ ਹੈ, ਰਲ ਕੇ ਕਿਵੇਂ ਬਹਿਣਾ ਹੈ, ਇਹ ਸਾਰਾ ਕੁਝ ਤੁਹਾਨੂੰ ਦੱਸਦੇ ਰਹਾਂਗੇ।